बिस्मिल्लाह रहमान रहीम। अस्सलाम अलैकुम मेरे तमाम बहन भाइयों, उम्मीद करने ठीक ठाक हो। सो जिथे रहो खुश रहो, आबाद रहो, हसते मुस्कुराते रहो। तो तुहाडियां दुआवां नाल असीं ठीक ठाक हाँ। शुक्र लपाक दे लपाक हर तरह मत करे, हर न तंदरुस्ती दे वसे दे जिंदगी दे। जिहड़े मेरे भैणां भरा बीमार उन्हां लपाक शफा देवे, ते इनको कारोबार उन्हां लपाक कारोबार देवे, लपाक हर तरह मत करे। ते अल्लाह दे नाल कहिंदे वलो तां करने आगाज़। सुबह सुबह ना गर्मी काफ़ी है क्योंकि हवा वगैरह है ही नहीं, ਅਤੇ ਬੱਦਲ ਤਾਂ ਹੈ ਤਾਂ ਹੋ ਸਕਦਾ, ਮੌਸਮ ਠੰਡਾ ਹੀ ਹੋ ਜਾਵੇ, ਪਰ ਅਜੇ ਤਾਂ ਫਿਲਹਾਲ ਬੜੀ ਗਰਮੀ ਹੈ। ਅਤੇ ਮੈਂ ਕਿਹਾ ਪੜ੍ਹੇ ਨਾ ਬਾਈ, ਹਰਾ ਰੋਜ਼ ਦਾ ਸਾਡਾ ਕਾਰੋਬਾਰ ਹੀ ਇਹੀ ਹੈ, ਡੰਗਰਾਂ ਦਾ ਤਾਂ ਗਾਰ ਦਾ। ਮੈਂ ਕਿਹਾ ਪੱਠੇ ਬਣਾ ਲੈਂਦੇ ਹਾਂ ਤਾਂ ਮੁੜ ਕੇ ਗਾਰ ਦਾ ਕਰੇ ਸਾਂ, ਕਿਉਂਕਿ ਧੁੱਪ ਚਾੜ੍ਹ ਤਾਂ ਨਹੀਂ ਬਣਦੇ। ਅਤੇ ਨਾਲ ਨਾ ਮਾਸ਼ਾਅੱਲਾ ਝਰੀ ਹੈ ਪੱਕੀ, ਉਹ ਵੀ ਉੱਥੇ ਪੱਕਿਆ ਖਾ ਤਾਂ ਵੀ ਲਾ ਲਈ ਸੀ, ਅਤੇ ਪਿਛਲੇ ਜਿਹੜੇ ਪੱਠੇ ਨੂੰ ਡੰਗਰਾਂ ਨੂੰ ਪਾ ਲਈ ਸੀ। ਹਾਂਜੀ, ਅਤੇ ਮਾਸ਼ਾਅੱਲਾ ਸਾਨੂੰ ਤਾਂ ਬੜੀ ਵੱਡਣੀ ਹੈ, ਵੱਢ ਲਈ ਹੈ ਅਜੇ ਤਾਂ ਇਹਨਾਂ ਛੋਟੀ ਛੋਟੀਆਂ, ਥੋੜ੍ਹੀ ਜ਼ੋਰ ਮੁੜਨੇ ਨੂੰ ਦਵਾਈ ਪਾਵੇਣਗੇ। ਅਤੇ ਪਿੰਡਾਂ ਦੇ ਮਾਹੌਲ ਵੇਖੋ, ਆਏ ਸੀ ਆਹ ਵੀ ਚਰੀ ਹੈ ਮਾਸ਼ਾਅੱਲਾ, ਸਭਾ ਸਭਾ ਵੇਖੋ ਵੀ। ਅਤੇ ਮੱਕੀ ਨਾ ਕਾਫੀ ਗੱਡੀ ਪਈ ਹੁਣ, ਕਿਉਂਕਿ ਮੱਕੀ ਦੀ ਹੁਣ ਮੌਸਮ ਹੈ, ਅਤੇ ਗਰੀਬ ਬੰਦਾ ਜਦੋਂ ਮੱਕੀ ਹੋ ਜਾਣੀ ਉਸ ਵਾਸਤੇ ਡੰਗਰਾਂ ਦੇ ਨਾ ਪੱਠੇ ਬਣ ਜਾਂਦੇ ਨੇ, ਵਿਛਲੀਆਂ ਛਿਲ ਕੇ ਉਹਨਾਂ ਨੂੰ ਚ ਦਿੱਤੀਆਂ ਅਤੇ ਪੱਠੇ ਬਣਾਇਆ ਪੱਠਿਆਂ। ਇੱਥੋਂ ਨਾ ਕੋਈ ਥੋੜ੍ਹੇ ਜਿਹੇ ਪੱਠੇ ਮੋਲ ਲੈਣੇ, ਸਾਵੇ ਪੱਠੇ ਨੇ ਜਿਹੜੇ ਅੱਗੇ ਤਾਂ ਝਰੀ ਵਿਖਾਈ, ਉਹਨੇ ਪੱਕੀ ਝਰੀ ਹੈ, ਉੱਥੇ ਸਿੱਟਾ ਪੱਕਾ ਹੋਇਆ, ਅਤੇ ਅਜੇ ਤਾਂ ਸਾਵੀ ਤੇ ਉਹਦੇ ਵੇਚ ਨਾ ਕੋਈ ਥੋੜ੍ਹੇ ਜਿਹੇ ਇੱਥੋਂ ਲੈ ਜਾਂਦੇ ਹਾਂ। ਫਿਰ ਮੈਨੂੰ ਰੱਖ ਉਹਨਾਂ ਨੂੰ ਗਤਣੇ ਤਾਂ ਹੈ, ਤੋਰ ਪੱਠੇ ਬੜੇ ਮਹਿੰਗੇ ਨੇ, 10,000 ਤੋਂ ਕਨਾਲ, ਅਤੇ ਉਹਨਾਂ ਮੈਨੂੰ ਗਾਹ ਹੀ ਕਹਿਣ, ਗਾਹ ਵਿੱਚ ਰੂੰਹਦੇ ਤਾਂ ਰੂੰਹ ਤੋੜਨਾ ਵੀ ਅਗਲਿਆਂ ਨੇ ਖਤਮ ਕਰ ਸੱਟੀ, ਅਤੇ ਗਾਹ ਹੀ ਮੈਨੂੰ ਖਤਮ ਹੋ ਗਿਆ। ਇਸ ਵਾਸਤੇ ਨਾ ਕੋਈ ਥੋੜੇ ਪੱਠੇ ਲੈਣ, ਤੇ ਵੇਹਣਾ ਦੱਬੜੀ ਵਾੜ ਕੇ, ਤੇ ਵੀ ਇਸੇ ਤਰ੍ਹਾਂ ਗੁਜ਼ਾਰਾ ਕਰ ਲੈਂਦੇ ਹਾਂ। ਕੋਈ ਨਾ ਗਰੀਬ ਬੰਦੇ ਵਾਸਤੇ ਬਾਈ ਇੱਕ ਪਰੇਸ਼ਾਨੀ ਤਾਂ ਨਹੀਂ ਹੈ ਨਾ। ਹੁਣ ਬੇਲਸ ਅਗਲੀ ਵਾਰੀ 5,000 ਕਿਸੇ ਕੋਲ ਲੈ ਕੇ ਤਾਰਿਆ, ਤੇ ਹੁਣ ਮੁੜ ਨਾ ਬੇਲ 7,190 ਰੁਪਏ ਮੁੜ ਬੇਲ ਆ ਗਿਆ। ਤੇ ਖਰਚਾ ਭਾਈ ਸਾਡਾ ਕੋਈ ਵੀ ਨਾ ਫਰੇਜ ਨਾ ਕਦੇ ਅਸਾਂ ਕੱਪੜੇ ਇਸਤਰੀ ਕੀਤੇ, ਨਾ ਸਾਡੇ ਕੋਈ ਇਸਤਰੀ ਵੀ ਨਾ ਚਲਾਈ ਕਦੇ ਨਹੀਂ ਇਸਤਰੀ, ਤੇ ਸਿਰਫ ਨਾ ਹਾਲਾਂਕਿ ਮੋਟਰ ਦਾ ਨਾ ਖਰਚਾ ਬਿਲਕੁਲ ਥੋੜ੍ਹਾ ਜ਼ਿਆਦਾ, ਤੇ ਨਲਕਾ ਲੱਗਾ ਨਾ ਵੀ ਅਸੀਂ ਮੋਟਰ ਹੀ ਨਾ ਬਿਲਕੁਲ ਥੋੜ੍ਹੀ ਇਸਤੇਮਾਲ ਕਰਨੇ ਆ, ਸਿਰਫ ਪੱਠੇ ਕੁਦਈ ਕੇ 2 ਪੱਖੇ ਸਾਡੇ ਚੱਲਦੇ ਨੇ, ਤੇ 7,000 ਬੇਲ ਲੈ, 5,000 ਅਗਲੇ ਮਹੀਨੇ ਤਾਰਿਆ। ਤੇ ਅਗਾਂ ਇਤਨੇ ਨਾ ਨਾ ਕੋਈ ਮੇਰੇ ਕੋ ਮਿਹਨਤ ਹੁੰਦੀ, ਨਾ ਕੋਈ ਇਕਬਾਲ ਤੋਂ ਹੁੰਦਾ, ਤੇ ਅੱਲਾ ਪਾਕ ਕਰਮ ਕਰੇ ਸੀ ਵੀ ਹੁਣੇ ਦੱਸੋ ਵੀ ਅਸੀਂ ਹੁਣੇ ਕਿਤਨਾ ਕਿਦੂ ਭਰੂਆ, ਤੇ ਦੁੱਧ ਵੀ ਨਹੀਂ ਹੈ ਕਿਉਂਕਿ ਅੱਗੇ ਦੁੱਧ ਦਾ ਗੁੱਟ ਹੁੰਦਾ, ਕੋਈ ਦੁੱਧ ਦਿੰਦੇ ਕਿ ਤਾਂ ਦੁੱਧ ਬੇਲ ਭਰਾ ਲੈਂਦੇ ਆ, ਤੇ ਅੱਲਾ ਪਾਕ ਕਰਮ ਕਰੇ ਸੀ, ਤੇ ਹੁਣ ਨਾ ਮੈਂ ਕਭੀ ਨਾ ਸੁਬਹ ਸਵੇਰ ਸਾਲਣ ਆ ਕੋਈ ਨਹੀਂ, ਤੇ ਨਾਲ ਤਾਂ ਕਾਹਵਾ ਰੱਖਿਆ, ਤੇ ਅਚਾਰ ਲੈ ਆਉਂਦਾ ਬੱਚਾ, ਮੈਂ ਚਲੋ ਅਚਾਰ ਨਾਲ ਰੋਟੀ ਖਾ ਲਈ ਸੀ। ਬਾਈ ਗੁੰਜਾਇਸ਼ ਜਿਤਨੇ ਸਰ ਵੇ ਉਤਨਾ ਸਰ ਖਾਵਣਾ ਚਾਹੀਦਾ, ਆਹ ਚਾਰ ਲੈਂਦੇ ਨੇ ਇੱਥੇ ਦੁਕਾਨ ਤੋਂ, ਤੇ ਨਾਲ ਮੈਂ ਰੋਟੀਆਂ ਪਕਾਈਨੀ ਆ ਤਵੇ, ਤੇ ਤਿੰਨ ਦਿਨਾਂ ਨੂੰ ਨਾਸ਼ਤਾ ਖਾ ਕਰ ਲਈ ਸਾਂ। ਤੇ ਸ਼ੁਕਰ ਅੱਲਾ ਪਾਕ, ਅੱਲਾ ਪਾਕ ਹਰ ਤਰ੍ਹਾਂ ਮਤ ਕਰੇ, ਹਰ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਤੇ ਮੈਂ ਆਟਾ ਗੁੰਨੀ ਆ, ਤੇ ਕੋਲ ਨੁਕਸਾਨ ਕਾਹਵਾ ਪਾ ਕੇ, ਤੇ ਇਹਨਾਂ ਨੂੰ 2-3 ਮਹੀਨੇ ਇਹਨਾਂ ਦਾ ਕਾਹਵਾ ਹੀ ਬਣਾਉਣਾ, ਕਿਉਂਕਿ ਦੋ ਸਾਡੇ ਕੋਲ ਹੈ ਨਹੀਂ, ਤੁਸੀਂ ਮੁੱਲ ਲਵਾਉਣ ਦੀ ਗੁੰਜਾਇਸ਼ ਸਾਡੇ ਕੋਲ ਨਹੀਂ ਹੈ। ਇਹ ਵੀ ਨਾ ਕਦੇ ਕਦੇ ਪਕਾਈਨੇ, ਨਾ ਪਕਾਈਂਦੇ ਕਾਹਵਾ ਕੋਈ ਨਹੀਂ, ਸਿਰੇ ਸਾਲਣ ਮੁਕਾਵਾ ਕੋਈ ਨਹੀਂ, ਤਾਂ ਸਾਲਣ ਕੋਈ ਨਾ, ਇਸ ਵਾਸਤੇ ਨਾ ਤਵੇ ਤੇ ਰੋਟੀਆਂ ਪਕਾਉਣੀਆਂ, ਤੇ ਮੈਂ ਕਨਾਲ ਨੇ ਵਿਚਾਰ ਨੇ ਵਿੱਚ ਖਾ ਲਈ ਸੀ, ਇਸ ਵਾਸਤੇ ਨਾ ਬਣਾਇਆ ਕਾਹਵਾ ਵੀ, ਤੇ ਨਾਲ ਤਾਂ ਚਾਰ ਲਿਆਂਦਾ, ਮੈਂ ਚਲੋ ਵੀ ਇਹਦੇ ਨਾਲ ਰੋਟੀ ਖਾ ਲਈ ਸਣ, ਤਵੇ ਦੇ ਨੇ ਤੰਦੂਰ ਤਾਂ ਪਕਾਈ ਦੀਆਂ, ਤੇ ਇਸ ਵਾਸਤੇ ਮੈਂ ਕਿਹਾ ਵੀ ਤੰਦੂਰ ਦੀ ਰੋਟੀ ਮੈਂ ਰੁੱਖ ਕੇ ਖਾਈ ਦੀ ਵੀ ਨਹੀਂ, ਤੇ ਮੈਂ ਰੋਟੀਆਂ ਪਕਾ ਲੈਂਦੀ ਹਾਂ ਕਿਉਂਕਿ ਬਿਲਾਲ ਨੇ ਭੁੱਖ ਲੱਗੀ ਕੋਈ, ਤੇ ਮੈਂ ਰੋਟੀਆਂ ਪਕਾ ਲਈਆਂ ਨੇ, ਪੇਟ ਕਾਫੀ ਹੋ ਗਿਆ, ਤੇ ਮੰਜੇ ਨੇ ਬਾਹਰ ਇੱਥੇ ਰੱਖਣ ਕਿਉਂਕਿ ਬਿਜਲੀ ਕਾਹ ਨਹੀਂ ਆਏ, ਤੇ ਮਾਸ਼ਾਅੱਲਾ ਹੁਣ ਤਾਂ ਹਵਾ ਹੀ ਚੱਲ ਪਈ, ਤੇ ਬੱਦਲ ਹੀ ਨਾ ਕਾਫੀ ਬਣ ਗਿਆ, ਮੌਸਮ ਬਹੁਤ ਅੱਛਾ ਬਣ ਗਿਆ। ਆਹ ਵੇਖ ਅੱਗੇ ਤਾਂ ਬੜੀ ਗਰਮੀ ਆਈ, ਹਵਾ ਹਾਈ ਕਾ ਇਹਨੇ, ਤੇ ਹੁਣ ਹੋ ਸਕਦਾ ਵੀ ਨਾ ਬਾਰਿਸ਼ ਹੀ ਆ ਜਾਵੇ, ਤੇ ਹੁਣ ਨਾ ਬਿਲਾਲ ਰੋਟੀ ਖਵਾਈਨੇ ਆਏ ਤਾਂ ਬਾਹਰ ਨਾ
ਇਤਨਾ ਸਾਰਾ ਇਹਨਾਂ ਦਾ ਫਾਇਦਾ ਜੇ ਛੋਟੀਆਂ ਛੋਟੀਆਂ ਆਏ ਨਾ ਦਰਖਤ ਤੇ ਬਿਜਲੀ ਨਾ ਹੋਵੇ ਜਾਂ ਨਾ ਮਾਸ਼ਾਅੱਲਾ ਨਾਸ਼ਤਾ ਸਾ ਕਰ ਲਿਆ ਤੇ ਹੁਣ ਨਾ ਚਾਰ ਪਾਈਆਂ ਇੱਧਰ ਲੈ ਕੇ ਆ ਗਿਆ ਸੀ ਤੇ ਉਹ ਸਾਈਡ ਨਾ ਹਵਾ ਬਹੁ ਪਿਆਰੀ ਚੱਲੀ ਹੋਈ ਆਏ ਤੇ ਉਸ ਤੋਂ ਬਾਅਦ ਨਾ ਮੁੜ ਧੁੱਪ ਕਾਫੀ ਨਿਕਲੀ ਤੇ ਹੁਣ ਮੁੜ ਨਾ ਬੱਦਲ ਬਣ ਗਿਆ ਇਸਲੀ ਸਾਈਡ ਤੋਂ ਬੱਦਲ ਬਹੁ ਜ਼ਿਆਦਾ ਹੁਣ ਮੁੜ ਤੇ ਅੱਲਾ ਪਾਕ ਤਾਂ ਕੰਮ ਧੁੱਪ ਹੀ ਕਾੜ ਲੈਂਦਾ ਤੇ ਮੁੜ ਬੱਦਲ ਹੀ ਆ ਜਾਂਦੇ ਨੇ ਤੇ ਹਵਾ ਹੁਣ ਮੁੜ ਬੜੀ ਚੱਲੀ ਖੜੀ ਹੈ ਤੇ ਬਰਤਨ ਵਗੈਰਾ ਨਾ ਧੋ ਕੇ ਅੱਗੇ ਰੱਖੇ ਨੇ ਇੱਥੇ ਬਾਹਰ ਤੇ ਹੁਣ ਹਨੇਰੀ ਦੀ ਵਜ੍ਹਾ ਤੋਂ ਨਾ ਬੰਦ ਅੰਦਰ ਚਾਕ ਰੱਖ ਲਏ ਨੇ ਕਿਉਂਕਿ ਧੂੜ ਗੱਟੇ ਨਾਲ ਨਾ ਵੀ ਮੁੜ ਖਰਾਬ ਹੋ ਜਾ ਸੇ ਤੇ ਹੈ ਤਾਂ ਬਾਈ ਧੂੜ ਗੱਟਾ ਨੇ ਨਾ ਜਿਹੜੇ ਰੋਸ਼ਨ ਨਾਲ ਸਾਡੇ ਕੋਠੇ ਤੋਂ ਕਹਿੰਦੇ ਅੰਦਰ ਹੀ ਆ ਜਾਂਦਾ ਪਰ ਤਾਂ ਵੀ ਨਾ ਮੁੜ ਨਾ ਕਿ ਵੀ ਧੋਤੇ ਦੁਬਾਰ ਫਿਰ ਧੋਣੇ ਪੁੱਛ ਚਾਹ ਕੇ ਨਾ ਬੱਚਾ ਇੱਥੇ ਅੰਦਰ ਰੱਖੇ ਚੰਨ ਬਰਤਨ ਤੇ ਬਿਲਾਲ ਤਾਂ ਜਾਂ ਬਾਹਰ ਹੀ ਬੈਠਾ ਮੈਂ ਕਿਹਾ ਵੀ ਕਬਾਰਾ ਸ਼ਾਮ ਲੱਗੀ ਤਾਂ ਮੁੜ ਅੰਦਰ ਚਾਰ ਪਾਈ ਪਸਾ ਨੇ ਹਾਂਜੀ ਤਾਂ ਸਾਨੂੰ ਚਾਰ ਪਾਈਆਂ ਹੀ ਅੰਦਰ ਪਾ ਲਈਆਂ ਛੋਟੀਆਂ ਛੋਟੀਆਂ ਕਣੀਆਂ ਪਵੰਡੀਆਂ ਪਈਆਂ ਨੇ ਜ਼ਿਆਦਾ ਬਾਰਿਸ਼ ਤਾਂ ਨਹੀਂ ਹੋਈ ਹੋ ਸਕਦਾ ਜ਼ਿਆਦਾ ਹੀ ਆ ਸਕਦੀ ਪਰ ਲਾ ਜਾਏ ਤਾਂ ਇੱਥੇ ਛੋਟੀਆਂ ਛੋਟੀ ਕਣੀਆਂ ਪਵੰਡੀਆਂ ਪਈਆਂ ਨੇ ਹਾਂਜੀ ਤੇ ਇਸ ਤਰ੍ਹਾਂ ਜਿਹੜਾ ਨਾ ਅਸੀਂ ਮਤਲਬ ਜਿਹੜੀ ਨਾ ਇਹ ਤੇਲੀ 'ਚ ਛੰਡਦੇ ਹਾਂ ਤੇ ਕਿਉਂਕਿ ਮਜ਼ਦੂਰੀ 'ਤੇ ਤੇਲੀ ਛੰਡਦੇ ਪਏ ਹਾਂ ਜਿਹੜਾ ਹਿਸਾਬ ਆਉਂਦਾ ਆਹ ਜਿਹੜਾ ਤੇਲੀ ਦਾ ਨਾ ਇਹ ਆਹ ਵੇਖੋ ਮਾਸ਼ਾਅੱਲਾ ਇਹ ਹੁਣ ਸਾਫ਼ ਹੋ ਕੇ ਤਾਂ ਮੰਡੀ 'ਤੇ ਜਾਵੇਗੀ ਮੰਡੀ ਤੋਂ ਹੋ ਕੇ ਸੇਲ ਹੁੰਦੀ ਇਹਦੀ ਸੇਲ ਉਸ ਸੀ ਉਸ ਤੋਂ ਬਾਅਦ ਹੁਣ ਛੋਟਾ ਜਿਹਾ ਬੱਚਾ ਜਿਹੜਾ ਨਾ ਉਹ ਹੱਸਣਾ ਨਾ ਆਖਿਆ ਵੀ ਜਿਹੜਾ ਨਾ ਮੈਂ ਕੋਈ ਥੋੜ੍ਹੀ ਜਿਹੀ ਛੰਡ ਲੈਂਦਾ ਕੁਛ ਆਰਾਂ ਨੇ ਜਿਹੜੇ ਨਾ ਘਰ ਆ ਜਾਣਗੇ ਕਿਉਂਕਿ ਬਿੱਲ ਵੀ ਅੱਗੋਂ ਬਿਜਲੀ ਤਾਂ ਕਾਫੀ ਆ ਗਿਆ ਅਤੇ ਆਹ ਮਾਸ਼ਾਅੱਲਾ ਤਿਲੀ ਕਾਫੀ ਪਈ ਆ ਜਿਹੜੀ ਆ ਤੁਹਾਨੂੰ ਦੱਸੀ ਹੈ ਕਮ ਸੇ ਕਮ ਇਹ ਕਿੱਲੇ ਡੇਢ ਦੀ ਆ ਇਹ ਅਤੇ ਇਹਦੇ ਇਹ ਇੱਕ ਥਾਂ 'ਤੇ ਇਕੱਠੀ ਕੀਤੀ ਹੋਈ ਹੈ ਅਤੇ ਇਸ ਵਾਸਤੇ ਜਿਹੜਾ ਨਾ ਮੁੜੋ ਸ਼ੁਕਰ ਹੈ ਰੱਬ ਦਾ ਜਿਹੜਾ ਬੱਚੇ ਨੂੰ ਮਤਲਬ ਹੁਣ ਇਹਨੂੰ ਸਾਫ਼ ਕਰ ਸਾਂ ਛਾਨਣੇ ਨਾਲ ਤਾਂ ਉਹ ਵੀ ਤੁਹਾਨੂੰ ਬਣ ਬਰਾਵਨ ਵਿਖਾਵਾਂਗੇ ਸਾਫ਼ ਕਿਸ ਤਰੀਕੇ ਨਾਲ ਹੋਵੇਗੀ ਉਸ ਤੋਂ ਬਾਅਦ ਮਾਸ਼ਾਅੱਲਾ ਇਸ ਤਿਲੀ ਇੱਕ ਦਾ ਜਿਹੜਾ ਨਾ ਰੇਟ ਕਾਫੀ ਖੜਾ ਕਿਉਂਕਿ 14-15 ਹਜ਼ਾਰ ਤੋਂ ਮਾਣ ਹੈ ਅਤੇ ਆਈ ਮਾਸ਼ਾਅੱਲਾ ਜਿਹੜਾ ਹੈ ਨਾ ਠੀਕ ਠਾਕ ਮੁੱਟ ਗਏ ਹਾਂਜੀ ਤਿਲੀ ਨੂੰ ਆ ਗਏ ਹਾਂ ਅਤੇ ਹੁਣ ਘਰ ਜਾਵਣ ਲੱਗੇ ਹਾਂ ਅਤੇ ਇਹ ਮਾਸ਼ਾਅੱਲਾ ਜਿਹੜਾ ਨਾ ਨਾਲ ਸਾਡੀ ਕੱਦ ਦੀ ਹਾਲਤ ਹੈ ਇਹ ਵੇਖਾ ਕਿਤਨੀ ਜਿਹੜੀ ਨੇ ਥੱਲਿਓਂ ਖਾਧੀ ਹੋਈ ਹੈ ਅਤੇ ਦੋਵੇਂ ਬਾਈਆਂ ਕੋਲ ਗੁੰਜਾਇਸ਼ ਹੈ ਨੇ ਉਹਨਾਂ ਪੱਕੀ ਬਣਾਈ ਹੈ ਜਿਹੜੀ ਆਸਾਂ ਵੀ ਖੜੀ ਹੈ ਅਤੇ ਨਾਲ ਸਾਡੀ ਗਲੀ ਮਾਸ਼ਾਅੱਲਾ ਨਾ ਸ਼ਾਮ ਹੋ ਗਈ ਹੈ ਅਤੇ ਮੈਂ ਉਹਨਾਂ ਸ਼ਾਮ ਵਾਸਤੇ ਆਟਾ ਗੁੰਨਣ ਲੱਗੀ ਹਾਂ ਅਤੇ ਬਾਰਾਂ ਤਾਂ ਕੋਈ ਨਹੀਂ ਅਸਾਂ ਮੁੜ ਚਾਰ ਪਾਈਆਂ ਬਾਹਰ ਪਾ ਲਈਆਂ ਨੇ ਅਤੇ ਬੱਦਲ ਹੈ ਸਹੀ ਪਰ ਸਾਡੇ ਕੋਲ ਥੋੜ੍ਹੀਆਂ ਜਿਹੀ ਕਣੀਆਂ ਪਈਆਂ ਨੇ ਅਤੇ ਅਸਾਂ ਨਾ ਵੀਡੀਓ ਕਿਸੇ ਚੜ੍ਹਨ ਇਸ ਵਕਤ ਟਾਈਮ ਨਾ ਬੰਦ ਕਰੂੰ ਵੀਡੀਓ ਕਿਉਂਕਿ ਵਿੱਚ ਉਹਨਾਂ ਬਾਅਦ ਕਾਫੀ ਸਾਰਾ ਜਿੱਥੇ ਜਿਹਾ ਚੜਾਵਣੀ ਹੁੰਦੀ ਅਤੇ ਰਿਕੁਐਸਟ ਹੈ ਜਾਂ ਭੈਣਾਂ ਪਾਈਆਂ ਕੋਈ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਆ ਕਰਦਾ ਵਿਅਕਤ ਕਰੋ ਲਾਈਕ ਕੀਤਾ ਕਰੋ ਕਮੈਂਟ ਕੀਤਾ ਕਰੋ ਸ਼ੇਅਰ ਕੀਤਾ ਕਰੋ ਅਤੇ ਅੱਲਾ ਪਾਕ ਨਾ ਹਰ ਨੂੰ ਕਾਮਯਾਬ ਕਰੇ ਅਸੀਂ ਤਾਂ ਦੁਆਈ ਦਿੰਦੇ ਹਾਂ ਭੈਣਾਂ ਪਾਈਆਂ ਨੂੰ ਅੱਲਾ ਪਾਕ ਨਾ ਹਰ ਤਰ੍ਹਾਂ ਕਰੋ ਅਤੇ ਜਿਹੜਾ ਸਾਡੇ ਸਪੋਰਟ ਕਰਨ ਦੇਣ ਉਹਨਾਂ ਦੇ ਸ਼ੁਕਰੀਆ ਕਰਨੇ ਆ ਅੱਲਾ ਪਾਕ ਨਾ ਹਰ ਨੂੰ ਕਾਮਯਾਬੀ ਦੇਵੇ ਅਤੇ ਅੱਜ ਦੇ ਵੱਲੋਂ ਕਿੱਥੇ ਭੈਣਾਂ ਪਾਈਆਂ ਕੋਲ ਲੈਂਦੇ ਇਜਾਜ਼ਤ ਅੱਲਾ